ਪਹਾੜਾਂ ਤੇ ਫੇਲ ਹੋਏ ਟਰਾਲੇ ਦੇ ਬ੍ਰੇਕ। ਆ ਵੇਖੋ ਕਿਵੇਂ ਹਵਾ ਦੇ ਵਿੱਚ ਲਟਕ ਗਿਆ ਟਰਾਲਾ। ਦੱਸ ਦੇ ਕਿ ਪਹਾੜੀ ਇਲਾਕੇ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਜਿੱਥੇ ਇੱਕ ਟਰਾਲੇ ਦੇ ਰਸਤੇ ਦੇ ਵਿੱਚ ਬ੍ਰੇਕ ਫੇਲ ਹੋ ਜਾਂਦੇ ਨੇ, ਜਿਸ ਕਾਰਨ ਇਹ ਟਰਾਲਾ ਹਵਾ ਦੇ ਵਿੱਚ ਲਟਕ ਜਾਂਦਾ ਹੈ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਟਰੱਕ ਡਿੱਗਦਾ ਡਿੱਗਦਾ ਬਚਿਆ ਤੇ ਹਵਾ ਦੇ ਵਿੱਚ ਇਹ ਲਟਕ ਜਾਂਦਾ ਹੈ ਤੇ ਇਸਦੇ ਨੀਚੇ ਵਾਲੇ ਹਿੱਸੇ ਦੇ ਵਿੱਚ ਲੋਕਾਂ ਦੇ ਘਰ ਨੇ ਤੇ ਲੋਕ ਰਹਿੰਦੇ ਨੇ। ਪਰ ਗਨੀਮਤ ਰਹੀ ਕਿ ਇਹ ਟਰਾਲਾ ਜਿਹੜਾ ਉਹ ਨੀਚੇ ਨਹੀਂ ਡਿੱਗਦੇ, ਨਹੀਂ ਤਾਂ ਕਾਫੀ ਜਾਨੀ ਨੁਕਸਾਨ ਹੋ ਸਕਦਾ ਸੀ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਟਰਾਲੇ ਦਾ ਅੱਧਾ ਹਿੱਸਾ ਜਿਹੜਾ ਹਵਾ ਦੇ ਵਿੱਚ ਲਟਕਿਆ ਹੋਇਆ ਤੇ ਬਾਕੀ ਹਿੱਸਾ ਸੜਕ ਤੇ ਹੈ। ਦੱਸ ਦਈਏ ਕਿ ਇਸ ਟਰਾਲੇ ਦੇ ਬ੍ਰੇਕ ਫੇਲ ਹੋ ਗਏ ਸੀ, ਜਿਸ ਤੋਂ ਬਾਅਦ ਇਸਦਾ ਸੰਤੁਲਨ ਵਿਗੜ ਜਾਂਦਾ ਹੈ ਤਾਂ ਸੜਕ ਤੇ ਲੱਗੇ ਡਿਵਾਈਡਰ ਨੂੰ ਤੋੜਦਾ ਹੋਇਆ ਇਹ ਹਵਾ ਦੇ ਵਿੱਚ ਲਟਕ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਅਤੇ ਕੰਡਕਟਰ ਦੋਨਾਂ ਦੀ ਜਾਨ ਬਚ ਗਈ ਹੈ, ਮੌਕੇ ਤੇ ਉਹਨਾਂ ਨੂੰ ਬਾਹਰ ਕੱਢ ਲਿਆ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਇਸ ਦੇ ਵਿੱਚ 6 ਮਰੂਤੀ ਕਾਰਾਂ ਸੀ ਜਿਨ੍ਹਾਂ ਨੂੰ ਉਹ ਬੈਂਗਲੌਰ ਤੋਂ ਲੈ ਕੇ ਗੁੜਗਾਉਂ ਜਾ ਰਹੇ ਸੀ, ਤਾਂ ਰਸਤੇ ਦੇ ਵਿੱਚ ਉਹਨਾਂ ਦੇ ਇਸ ਟਰਾਲੇ ਦੇ ਬ੍ਰੇਕ ਫੇਲ ਹੋ ਜਾਂਦੇ ਨੇ, ਜਿਸ ਦੇ ਕਾਰਨ ਇਹ ਵੱਡਾ ਹਾਦਸਾ ਹੋ ਜਾਂਦਾ ਹੈ ਤੇ ਇਹ ਟਰਾਲਾ ਪਹਾੜੀ ਇਲਾਕੇ ਦੇ ਵਿੱਚ ਹਵਾ ਦੇ ਵਿੱਚ ਲਟਕ ਜਾਂਦਾ ਹੈ। ਤਾਂ ਵੱਡੇ ਹਾਦਸੇ ਹੋਣ ਤੋਂ ਬਚਾ ਰਿਹਾ, ਕਿਉਂਕਿ ਇਸ ਸੜਕ ਦੇ ਨੀਚੇ ਵਾਲੇ ਹਿੱਸੇ ਦੇ ਵਿੱਚ ਲੋਕਾਂ ਦੇ ਘਰ ਸੀ, ਲੋਕ ਰਹਿੰਦੇ ਸੀ। ਜੇਕਰ ਇਹ ਟਰਾਲਾ ਨੀਚੇ ਡਿੱਗ ਜਾਂਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ, ਕਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਕਰਮੀ ਪਹੁੰਚਦੇ ਨੇ ਤੇ ਇਸ ਟਰਾਲੇ ਨੂੰ ਪਿੱਛੇ ਕਰਨ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ। ਮੈਂ ਨਾਈਟ ਕੋ 1 ਵਜੇ ਘਰ ਸੇ ਚਲਾ ਥਾ, ਇਹ ਨਾਈਟ ਮੈਂ 2 ਵਜੇ ਹੋਆ ਥਾ, ਗਾੜੀ ਕੇ ਬ੍ਰੇਕ ਲਗ ਨਹੀਂ ਪਾਏ, ਗਾੜੀ ਯਹਾਂ ਸੇ ਫਿਸਲ ਗਿਆ ਔਰ ਮੈਂ ਗੁੜਗਾਂਵ ਜਾ ਰਹਾ ਥਾ। ਮਾਰੂਤੀ ਲੋਡ ਹੈ, ਇਸਮੇਂ 6 ਕਾਰ ਲੋਡ ਥੀ ਔਰ ਗੁੜਗਾਂਵ ਬੈਂਗਲੌਰ ਸੇ ਆ ਰਹਾ ਥਾ। ਤੋ ਗਾੜੀਓ ਮੇਂ ਕੋਈ ਨੁਕਸਾਨ ਵਗੈਰਾ? ਗਾੜੀਓ ਮੇਂ ਕੋਈ ਨੁਕਸਾਨ ਨਹੀਂ ਹੋਆ ਥਾ ਸਰ, 2 ਬੰਦੇ ਥੇ ਉਹ ਕੋਈ ਚੋਟ ਨਹੀਂ ਆਈ ਥੀ। ਪੁਲਿਸ ਵਗੈਰਾ ਕੋ ਸੂਚਨਾ? ਪੁਲਿਸ ਕੋ ਵਗੈਰਾ ਕੋ ਸੂਚਨਾ ਨਹੀਂ ਦੇ ਪਾਏ ਜੀ, ਨਹੀਂ ਪੁਲਿਸ ਹਮਾਰੇ ਪਾਸ ਆ ਪਾਈ। ਕਿਸੇ ਕੋ ਚੋਟ ਵਗੈਰਾ? ਨਹੀਂ, ਕਿਸੇ ਕੋ ਚੋਟ ਵਗੈਰਾ ਕੁਛ ਨਹੀਂ ਆਈ ਜੀ। ਆਪਕੋ ਨੀਂਦ ਵਗੈਰਾ ਆ ਰਹੀ ਹੋ ਜਿਸਕੀ ਵਜ੍ਹਾ ਸੇ ਯਹਾਂ ਪੇ ਗਾੜੀ ਉਤਰੀ? ਨਹੀਂ, ਕੋਈ ਨੀਂਦ ਨਹੀਂ ਆਈ ਥੀ ਸਰ, ਘਰ ਸੇ ਚਲਾ ਥਾ 1 ਵਜੇ। ਅੱਛਾ ਜੀ, ਕੋਈ ਨੀਂਦ ਨਹੀਂ ਆਈ ਥੀ, ਗਾੜੀ ਫਿਸਲ ਗਈ, ਬ੍ਰੇਕ ਲਗ ਨਹੀਂ ਪਾਏ। ਕਿਤਨਾ ਨੁਕਸਾਨ ਹੋਇਆ ਆਪਕੀ ਗਾੜੀ ਮੇਂ? ਨੁਕਸਾਨ ਸਰ ਹੋਇਆ ਹੈ, ਕਾਫੀ ਹੋਇਆ ਹੈ ਜੀ। ਜੀ ਆਪਕਾ? ਮੇਰਾ ਨਾਮ ਜੀ ਸ਼ਕੀਲ ਹੈ। ਅੱਛਾ, ਇਹ ਗਾੜੀ ਕੈਸੇ ਐਕਸੀਡੈਂਟ ਹੋਈ ਹੈ, ਕਿਆ ਮਾਮਲਾ ਥਾ, ਕਬ ਕਾ ਮਾਮਲਾ ਹੈ ਇਹ? ਜੀ ਹਮ ਘਰ ਸੇ ਚਲੇ ਥੇ 1 ਵਜੇ ਗੁੜਗਾਂਵ ਇੱਕ ਤਰਫ ਔਰ ਯਹਾਂ ਬ੍ਰੇਕ ਨਹੀਂ ਲਗ ਪਾਏ ਘਾਟੀ ਮੇਂ ਔਰ ਇਹ ਗਾੜੀ ਬ੍ਰੇਕ ਮਾਰਾ ਤੋ ਰੁਕਾ ਨਹੀਂ ਥਾ, ਨੀਚੇ ਕੂਦ ਗਿਆ ਥਾ। ਐਸੇ ਮੇਂ 2 ਬੰਦੇ ਥੇ ਹਮ ਔਰ ਹਮਾਰੇ ਕੋਈ ਚੋਟ ਪੋਟ ਕੁਛ ਨਹੀਂ ਆਇਆ। ਗਾੜੀ ਆਪ ਚਲਾ ਰਹੇ ਥੇ? ਨਹੀਂ ਭਈਆ ਚਲਾ ਰਹਾ ਥਾ ਮੇਰਾ, ਮੈਂ ਬੈਠਾ ਥਾ। ਕਿਤਨਾ ਨੁਕਸਾਨ ਹੋਇਆ ਗਾੜੀ ਮੇਂ? ਜੀ ਗਾੜੀ ਮੇਂ ਨੁਕਸਾਨ ਤੋ ਕਾਫੀ ਹੋਇਆ, ਪਰ ਪਤਾ ਲੱਗੇਗਾ ਜਬ ਨਿਕਲੇਗਾ ਬਾਹਰ। ਕਿਤਨੇ ਵਜੇ ਕੇ ਬਾਤ ਹੈ ਜੀ? ਇਹ ਸਮਥਿੰਗ ਹਮ 1 ਵਜੇ ਘਰ ਸੇ ਚਲੇ ਥੇ, 1:30 ਵਜੇ ਯਹਾਂ ਹੋ ਲਿਆ ਥਾ, ਆਧੇ ਘੰਟਾ ਮਾ ਲਿਆ ਥੇ ਘਰ ਸੇ। ਕਹਾਂ ਜਾ ਰਹੇ ਥੇ ਆਪ ਲੋਗ? ਗੁੜਗਾਂਵ ਜਾ ਰਹੇ ਥੇ ਜੀ। ਤੋ ਜੋ ਇਸਮੇਂ ਸਾਮਾਨ ਉਸਕੋ ਵੀ ਕੋਈ ਨੁਕਸਾਨ? ਨਹੀਂ ਜੀ, ਉਸਕੋ ਕੋਈ ਨੁਕਸਾਨ ਨਹੀਂ ਹੈ। ਪੁਲਿਸ ਵਗੈਰਾ ਕੋ ਕਿਸੇ ਕੋ ਕੁਛ? ਨਹੀਂ ਜੀ, ਪੁਲਿਸ ਕੋ ਕੋਈ ਸੂਚਨਾ ਨਹੀਂ ਦਿਆ। ਕਿਸੇ ਅੰਨੇ ਗਾੜੀ ਕੋ ਕੋਈ ਚੋਟ ਵਗੈਰਾ? ਨਹੀਂ, ਕੁਛ ਕੋਈ ਗਾੜੀ ਨਹੀਂ ਥੀ ਯਹਾਂ ਪਰ। ਕਿਸੇ ਕੋ ਕੋਈ ਨੁਕਸਾਨ ਨਹੀਂ ਹੈ ਸਿਰਫ? ਕਿਸੇ ਕੋ ਨੁਕਸਾਨ ਨਹੀਂ ਥਾ, ਕੇਵਲ ਗਾੜੀ ਮੇਂ ਨੁਕਸਾਨ ਥਾ।